ਉਹ ਸਥਿਤੀ ਨਹੀਂ ਬਣ ਰਹੀ। ਆਪਣੇ ਤੌਰ 'ਤੇ ਦੇਖਿਆ ਜਾਵੇ ਇਕੱਠ ਬਹੁਤ ਵੱਡਾ, ਇਹ ਨੋਰਮਲ ਗੱਲ ਹੈ, ਪਰ ਅੱਗੇ ਵਾਲਾ ਇਕੱਠ ਨਹੀਂ। ਜੋ ਸੱਚ ਹੈ ਮੈਂ ਸੱਚ ਬੋਲਾਂ। ਇਹ ਜਿਹੜੇ ਲੀਡਰ ਨੇ ਨਾ ਬਣੇ ਹੋਏ, ਇਹ ਖੜ ਕੇ ਜਾ ਕੇ ਵੋਟਾਂ ਦੇ ਵਿੱਚ ਜਿੰਨੀਆਂ ਕਿਸਾਨਾਂ ਦੀਆਂ 740 ਕਿਸਾਨਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਜਾ ਕੇ ਇਹਨਾਂ ਨੇ ਆਪਣੇ ਲੀਡਰ ਬਣ ਗਏ ਇਹ, ਉਹਨਾਂ ਉਹ ਤਾਂ ਐਂ ਆ ਨਾ ਜੀ, ਹੁਣ ਬੀਜੇਪੀ ਦੇ ਪੈਰਾਂ ਥੱਲੇ ਤੇ ਨਿਕਲ ਰਹੀ ਆ ਜ਼ਮੀਨ। ਬੀਜੇਪੀ ਕੋਲੇ ਮਜਬੂਰੀ ਤਾਂ ਕੋਈ ਰਹੀ ਨਹੀਂ, ਮੋਦੀ ਦੇ ਵੀ ਮਗਰ ਕੋਈ ਜਵਾਕ ਜੱਦਾ ਨਹੀਂ ਹੈਗਾ, ਉਹ ਵੀ ਕਹਿੰਦਾ ਚੱਕ ਦੋ ਫੱਟੇ। ਖੱਟਰ ਦੇ ਵੀ ਮਗਰ ਕੋਈ ਜਵਾਕ ਜੱਦਾ ਨਹੀਂ ਹੈਗਾ, ਉਹ ਵੀ ਕਹਿੰਦਾ ਚੱਕ ਦੋ ਫੱਟੇ। ਉੱਧਰ ਫਿਰ ਉਦਾਹਰਨ ਦੇ ਦਿੰਦੇ ਨੇ ਯੋਗੀ ਦੀ, ਯੋਗੀ ਦੇ ਮਗਰ ਵੀ ਕੋਈ ਜਵਾਕ ਜੱਦਾ ਨਹੀਂ ਹੈਗਾ, ਉਹ ਵੀ ਕਹਿੰਦਾ ਚੱਕ ਦੋ ਫੱਟੇ। ਇਹ ਲਾਉਂਦੀਆਂ ਇਹੀ ਲਾਉਂਦੀ ਹੈ। ਜੇ ਕਿਤੇ EPM ਦੀ ਜਗ੍ਹਾ ਬੈਲਟ ਪੇਪਰ 'ਤੇ ਵੋਟ ਹੋਊਗੀ ਨਾ ਮਿੱਤਰਾ ਮੋਦੀ ਸਿਆਂ, ਛੀ ਟਿੱਕ ਨਹੀਂ ਆਊਂਗੀ। 12 ਲੱਖ ਨਾਲ ਇੱਕ ਲੜੀ ਆ, ਜੇ ਉਹ ਕੌਮ ਆ ਜਿਹਨੇ ਖਦਰਾਣੇ ਦੀ ਢਾਪ ਦੇਖੀ ਆ, ਇਹ ਉਹ ਕੌਮ ਆ ਜਿਹਨੇ ਸਾਹਿਬਜ਼ਾਦਿਆਂ ਦੀ ਧਰਤੀ ਦੇਖੀ ਆ, ਇਹ ਉਹ ਕੌਮ ਆ ਜੀ 40 ਮੁਕਤਿਆਂ ਦੀ ਧਰਤੀ ਤੋਂ, ਇਹ ਉਹ ਕੌਮ ਆ ਜਿੱਥੇ ਹਰਿਮੰਦਰ ਸਾਹਿਬ 24 ਘੰਟੇ ਲੰਗਰ ਚੱਲਦਾ। ਨਾ ਲੈ ਪੰਜਾਬੀਆਂ ਨਾਲ ਪੰਗੇ, ਇਹਨਾਂ ਨੇ ਬੜੇ ਬੜੇ ਥੱਲੇ ਲਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਬਹੁਤ ਚਾਂਵਲੇ ਨੇ, ਜੇ ਰਹਿਣ ਨਹੀਂ ਦਿੰਦੇ ਇਹਨਾਂ ਨੂੰ। ਪਤਾ ਨਹੀਂ ਕਿਵੇਂ ਗੁਰੂ ਮਹਾਰਾਜ ਦੀ ਸੇਵਾ ਲਾ ਜਾਂਦੇ ਆ, TC ਵਾਲਾ ਵੇਰਾ ਆਉਂਦੇ ਨੇ ਧਰ ਕੇ। ਮੈਂ ਤਾਂ ਮੋਦੀ ਔਰ ਖੱਟਰ ਨੂੰ ਕਹਿਣਾ ਵੀ ਨਾ ਚੇੜ ਇਹਨਾਂ ਨੂੰ, ਇਹ ਰਹੋ ਬਾਈ ਪੰਜਾਬ ਦੀ। ਹੁਣ ਕੀ ਤੈਨੂੰ ਮੈਂ ਗੱਲ ਕਰਾਂ, ਜੇ ਮੈਂ ਗੱਲ ਕਰਦੀ ਆਥਣ ਨੂੰ ਮੇਰੇ 'ਤੇ ਪਰਚਾ, ਆਥਣ ਨੂੰ ਮੇਰੇ 'ਤੇ ਪਰਚਾ ਹੋ ਜਾਣਾ, ਮੇਰੇ ਘਰੇ ਪੁਲਿਸ ਆ ਜਾਣੀ ਹੈ। ਬਾਈ ਦੀਪ ਸਿੱਧੂ ਕਹਿਣਾ ਹੁੰਦਾ ਸੀ ਪਹਿਲਾਂ ਤੋਂ ਹੀ ਵੀ ਇਹ ਤਾਂ ਸੈਂਟਰ ਨਾਲ ਘਿਓ ਖੁੱਚੜੀ ਆ, ਇਹ ਤਾਂ ਪੰਜਾਬ ਦੀ ਸਰਕਾਰ ਤਾਂ ਜੀ ਦੇਖੋ BJP ਦੀ ਵੀ ਸਾਨੂੰ ਇੱਥੋਂ ਚੱਲਣਾ ਚਾਹੀਦਾ। ਤੁਹਾਨੂੰ ਲੱਗਦਾ ਜਿਹੜੇ ਕੰਕਰੀਟ ਨਾਲ ਭਰੇ ਹੋਏ ਇਹਨਾਂ ਨੇ ਬੈਰੀਗੇਡ ਖੜੇ ਕਰੇ ਆ, ਕੀ ਕਿਸਾਨ ਪੱਟਦੇ ਨੇ, ਟਰਾਲੀਆਂ ਨੇ, ਸਭ ਕੁਛ ਇਹਨਾਂ ਕੋਲ, ਇਹ ਤਾਂ ਤਖਤੋਂ ਤਾਜ ਪਲਟ ਦਿੰਦੇ ਨੇ। ਇਹ ਜਦੋਂ ਮਜ਼ਦੂਰਾਂ ਦੀਆਂ ਤੇਸੇ ਕਾਂਦੀਆਂ ਭਰਤੀਆਂ ਨੇ ਤਾਂ ਹੀ ਪਹਾੜ ਟੁੱਟਦੇ ਨੇ, ਤਾਂ ਹੀ ਪੁਲ ਬਣਦੇ ਨੇ। ਜੇ ਮਜ਼ਦੂਰਾਂ ਤੋਂ ਬਿਨਾਂ ਇਹ ਕੀ ਚੀਜ਼ ਨੇ ਬੜੇ, ਇਹ ਮੈਦਾਨ 'ਚ ਤਕੜੇ ਹੋਵੋਗੇ ਤਾਂ ਤੁਹਾਡੇ ਗੋਡਿਆਂ 'ਚ ਗਿਰੂ ਆ ਗਿਆ ਅਗਲਾ। ਖੱਟਰ ਸਰਕਾਰ ਨੇ ਇਹ ਵੀ ਕਿਹਾ ਕਿ ਤੁਸੀਂ ਪ੍ਰਦਰਸ਼ਨ ਕਰਨਾ, ਰੇਲ ਗੱਡੀਆਂ ਰਾਹੀਂ ਚੱਲ ਜਾਓ, ਹੈ ਨਾ, ਤੁਸੀਂ ਦਿੱਲੀ ਜਾ ਕੇ ਬਹਿਣਾ, ਬਹਿ ਜਾਓ ਸ਼ਾਂਤਪੁਰ ਨੂੰ, ਅਤੇ ਕਿਸਾਨ ਟਰੈਕਟਰ ਲੈ ਕੇ ਕਿਉਂ ਜਾ ਰਹੇ ਨੇ ਯਾਰ? ਰੇਲ ਗੱਡੀ 'ਚ ਅਸੀਂ ਕਿਉਂ ਚੜੀਏ? ਅਸੀਂ ਮਲੰਗ ਨੇ ਯਾਰ, ਇਹ ਜੱਟ ਜ਼ਿਮੀਂਦਾਰ ਲੋਕ ਨੇ ਨਾ, ਆਪਣੀਆਂ ਜ਼ਮੀਨਾਂ ਨੇ, ਕਾਰਾਂ ਨੇ, ਟਰੈਕਟਰ ਸਾਲੇ 15-15 ਲੱਖ ਦੇ ਸੀ ਟਰੈਕਟਰ ਨੇ, ਆਪਣੀ ਟਰਾਲੀ ਲੈ ਕੇ ਜਾਣਗੇ, ਉੱਥੇ ਸੌਣਾ ਨਹੀਂ ਅਸੀਂ, ਅਸੀਂ ਚੁੱਕੀ ਪਾ ਕੇ ਰਹਾਂਗੇ ਉੱਥੇ। ਅਸੀਂ ਟਰਾਲੀ 'ਚ ਕਮਰੇ VIP ਬਣਾਏ ਹੋਏ ਨੇ, AC ਸਾਡੇ ਲਾਏ ਹੋਏ ਨੇ ਯਾਰ, ਇਹ ਸਰਦਾਰਾਂ ਦਾ ਰਾਜ ਹੈ ਇਹ ਬੰਗਾ। ਧਰਨੇ ਦੀ ਸਥਿਤੀ ਤਾਂ ਚਲੋ ਫਿਰ ਵੀ ਕੁੱਲ ਮਿਲਾ ਕੇ ਠੀਕ ਹੈ, ਪਰ ਲੇਕਿਨ ਮੈਂ ਉਹ ਸਥਿਤੀ 'ਤੇ ਨਹੀਂ ਆਉਂਦਾ ਹੈਗਾ ਜਿਹੜੀ ਸਥਿਤੀ ਪਿਛਲੇ ਧਰਨੇ ਦੀ ਰਹੀ ਹੈ, ਜਦੋਂ ਆਪਾਂ ਸਸਪੈਂਡ ਕਰਕੇ ਆਏ ਹਾਂ ਧਰਨੇ ਨੂੰ, ਉਹ ਸਥਿਤੀ ਨਹੀਂ ਬਣ ਰਹੀ। ਆਪਣੇ ਤੌਰ 'ਤੇ ਦੇਖਿਆ ਜਾਵੇ ਇਕੱਠ ਬਹੁਤ ਵੱਡਾ, ਇਹ ਨੋਰਮਲ ਗੱਲ ਹੈ, ਪਰ ਅੱਗੇ ਵਾਲਾ ਇਕੱਠ ਨਹੀਂ ਹੈਗਾ। ਜੋ ਸੱਚ ਹੈ ਤਾਂ ਮੈਂ ਸੱਚ ਬੋਲਣਾ। ਇਹ ਜਿਹੜੇ ਲੀਡਰ ਨੇ ਨਾ ਬਣੇ ਹੋਏ, ਇਹ ਖੜ ਕੇ ਜਾ ਕੇ ਵੋਟਾਂ ਦੇ ਵਿੱਚ ਜਿੰਨੀਆਂ ਕਿਸਾਨਾਂ ਦੀਆਂ 740 ਕਿਸਾਨਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਜਾ ਕੇ ਇਹਨਾਂ ਨੇ ਆਪਣੇ ਲੀਡਰ ਬਣ ਗਏ ਇਹ, ਉਹਨਾਂ ਹੁਣ ਸਾਨੂੰ ਉਹਦਾ ਨੁਕਸਾਨ ਦਾ ਜਿਹੜਾ ਨਾ ਪਤਾ ਲੱਗ ਰਿਹਾ ਵੀ ਸਾਡਾ ਕੀ ਨੁਕਸਾਨ ਹੋਇਆ। ਉਸ ਕਰਕੇ ਇਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਕਿਸਾਨ ਜਿਨ੍ਹਾਂ ਦੇ ਆਗੂ ਨੇ ਵੀ ਬਾਈ ਜੀ ਇਕੱਠੇ ਹੋ ਕੇ ਆਪਣਾ ਪਹਿਲਾ ਮੰਗੂ ਚੱਲੋ। ਜੇਕਰ ਤੁਹਾਡਾ ਹਾਲ ਇਹੀ ਰਿਹਾ ਤਾਂ ਦਿਨ ਦੂਰ ਨਹੀਂ ਹੈ ਜਦੋਂ ਕਿਸਾਨੀ ਅਤੇ ਜਵਾਨੀ ਖਤਮ ਹੋ ਜਾਣੀ ਹੈ ਪੰਜਾਬ ਦੀ। ਬਾਈ ਜੀ ਉਰੇ ਕਿਹੜੀ ਕਿਹੜੀ ਜਥੇਬੰਦੀ ਹੁਣ ਤੱਕ ਪਹੁੰਚ ਚੁੱਕੀ ਆ? ਇੱਥੇ ਮੈਨੂੰ ਜਥੇਬੰਦੀਆਂ ਜ਼ਿਆਦਾ ਤੌਰ 'ਤੇ ਮੈਨੂੰ ਡੱਲੇਵਾਲ ਸਾਹਿਬ ਦੇ, ਸਿੱਧੂਪੁਰ ਦੇ, ਕ੍ਰਾਂਤੀਕਾਰੀ ਦੇ ਅਤੇ ਹਰਮੀਤ ਕਾਦੀਆਂ ਦੇ, ਰਾਜਸਥਾਨ ਵਾਲਿਆਂ ਦੇ ਕੀ ਕਹਿੰਦੇ ਆ ਬੰਦੇ ਮਿਲੇ ਨੇ, ਹੋਰ ਕਿਸੇ ਜਥੇਬੰਦੀ ਦੇ ਮੈਨੂੰ ਬੰਦੇ ਨਹੀਂ ਮਿਲੇ ਹੈਗੇ। ਇੱਕ ਦਿਨ ਜ਼ਰੂਰ ਆਪਣਾ ਜਿਹੜਾ ਉਹ ਫੇਸਬੁੱਕ ਦਾ ਵਿਦਵਾਨ ਆ ਮੁੰਡਾ, ਜਿਹਦੀ ਵਧੀਆ ਚੱਲਦੀ ਹੈ ਫੇਸਬੁੱਕ 'ਤੇ ਜਗਾੜ, ਉਹ ਮੁੰਡਾ ਹੈ ਇੱਧਰ ਦਾ ਘੋੜ ਦੂਨੇ ਦਾ, ਜਿਹਦੇ ਪਿੱਛੇ ਜੇ ਪਰਚਾ ਵੀ ਹੋਇਆ ਇੱਕ ਦਿਨ, ਉਹ ਵੀ ਆਇਆ ਪਾਨਾ ਸਿੱਧੂ। ਹਾਂ ਜੀ ਪਾਨਾ ਸਿੱਧੂ, ਵਧੀਆ ਇਕੱਠ ਸੀਗਾ ਜੀ। ਜਿਹੜੇ ਇੱਥੇ ਨੌਜਵਾਨਾਂ ਦੇ ਉੱਤੇ ਬੰਬ ਚਲਾਏ ਜਾ ਰਹੇ ਨੇ,
ਤੇ ਉਹ ਬੰਬਾਂ ਦਾ ਤੁਹਾਡੀ ਕੀ ਸਥਿਤੀ ਆ ਵੀ ਧਰਨੇ ਜੇ ਬੰਬ ਆਪਣੇ, ਕਿਉਂਕਿ ਕਿਸਾਨ ਸ਼ਾਂਤੀਪੂਰਕ ਪ੍ਰਦਰਸ਼ਨ ਕਰ ਰਹੇ ਨੇ, ਉੱਧਰ ਹਰਿਆਣੇ 'ਚੋਂ ਬੰਬ ਚੱਲਦੇ ਨੇ? ਉਹ ਤਾਂ ਐਂ ਆ ਨਾ ਜੀ, ਹੁਣ ਬੀਜੇਪੀ ਦੇ ਹੱਥ ਪੈਰਾਂ ਥੱਲੇ ਤੇ ਨਿਕਲ ਰਹੀ ਆ ਜ਼ਮੀਨ, ਬੀਜੇਪੀ ਕੋਲੇ ਮਜਬੂਰੀ ਤਾਂ ਕੋਈ ਰਹੀ ਨਹੀਂ, ਮੋਦੀ ਦੇ ਵੀ ਮਗਰ ਕੋਈ ਜਵਾਕ ਚੱਲਣਾ ਨਹੀਂ ਹੈਗਾ, ਉਹ ਵੀ ਕਹਿੰਦਾ ਚੱਕ ਦੋ ਫੱਟੇ, ਖੱਟਰ ਦੇ ਵੀ ਮਗਰ ਕੋਈ ਜਵਾਕ ਚੱਲਣਾ ਨਹੀਂ ਹੈਗਾ, ਉਹ ਵੀ ਕਹਿੰਦਾ ਚੱਕ ਦੋ ਫੱਟੇ, ਉੱਧਰ ਫਿਰ ਉਦਾਹਰਨ ਦੇ ਦਿੰਦੇ ਨੇ ਯੋਗੀ ਦੀ, ਯੋਗੀ ਦੇ ਮਗਰ ਵੀ ਕੋਈ ਜਵਾਕ ਚੱਲਣਾ ਨਹੀਂ ਹੈਗਾ, ਉਹ ਵੀ ਕਹਿੰਦਾ ਚੱਕ ਦੋ ਫੱਟੇ। ਇਸ ਕਰਕੇ ਇਹ ਤਿੰਨੇ ਜਣੇ ਹੁਣ ਸਰਕਾਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੂਰਾ ਤੰਗ ਕਰ ਰਹੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਮੂਹਰੇ MP ਦੀ ਇਲੈਕਸ਼ਨ ਆਉਂਦੀ ਹੈ, ਇਹੀ ਜਨਤਾ ਜਨਾਰਦਨ ਹੈ, ਇਹੀ TC ਤੇ ਬਿਠਾਉਂਦੀ ਹੈ, ਇਹੀ ਲਾਉਂਦੀ ਹੈ। ਜੇ ਕਿਤੇ EBM ਦੀ ਜਗ੍ਹਾ ਬੈਲਟ ਪੇਪਰ ਤੇ ਵੋਟ ਹੋ ਗਈ ਨਾ ਮਿੱਤਰਾ ਮੋਦੀ ਸਿਆਂ, ਸੀਟ ਇੱਕ ਨਹੀਂ ਆਉਣੀ। ਸਫਾਇਆ ਹੀ ਕਰ ਦਿੰਦੇ ਨੇ ਲੋਕ, ਇਹਨਾਂ ਲੋਕਾਂ ਨੂੰ ਨਾ ਛੇੜੀਏ ਤਾਂ ਵਧੀਆ ਹੀ ਆ, ਕਿਉਂਕਿ ਉਹ ਕੌਮ ਆ ਜਿਹੜੀ 125,000 ਨਾਲ ਇੱਕ ਲੜੀ ਆ। ਜੇ ਉਹ ਕੌਮ ਆ ਜਿਹਨੇ ਖਤਰਾਣੇ ਦੀ ਢਾਪ ਦੇਖੀ ਆ, ਇਹ ਉਹ ਕੌਮ ਆ ਜਿਹਨੇ ਸਾਹਿਬਜ਼ਾਦਿਆਂ ਦੀ ਧਰਤੀ ਦੇਖੀ ਆ, ਇਹ ਉਹ ਕੌਮ ਆ ਜੀ 40 ਮੁਕਤਿਆਂ ਦੀ ਧਰਤੀ ਤੋਂ, ਇਹ ਉਹ ਕੌਮ ਆ ਜਿੱਥੇ ਹਰਿਮੰਦਰ ਸਾਹਿਬ 24 ਘੰਟੇ ਲੰਗਰ ਚੱਲਦਾ, ਨਾ ਲੈ ਪੰਜਾਬੀਆਂ ਨਾਲ ਪੰਗੇ। ਇਹਨਾਂ ਨੇ ਬੜੇ ਬੜੇ ਥੱਲੇ ਲਾ ਤੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਬਹੁਤ ਚਾਂਬਲੇ ਨੇ, ਇਹ ਰਹਿਣ ਨਹੀਂ ਦਿੰਦੇ ਇਹਨਾਂ ਨੂੰ। ਪਤਾ ਨਹੀਂ ਕਿਵੇਂ ਗੁਰੂ ਮਹਾਰਾਜ ਦੀ ਸੇਵਾ ਲਾ ਜਾਂਦੀ ਆ, TC ਵਾਲਾ ਵੇਰ ਉਡਾਉਂਦੇ ਨੇ ਧਰ ਕੇ। ਮਾਤਾ ਮੋਦੀ ਅਰ ਖੱਟਰ ਨੂੰ ਕਹਿਣਾ ਵੀ ਨਾ ਛੇੜੇ ਇਹਨਾਂ ਨੂੰ, ਇਹ ਆਰਾਮ ਨਾਲ ਬੈਠੇ ਨੇ ਧਰਨੇ ਤੇ, ਇੱਥੇ ਇਹਨਾਂ ਨੂੰ ਬੈਠੇ ਰਹਿਣ ਦੇ, ਜਦ ਇਹ ਕੁਛ ਕਰਨਗੇ ਤੁਹਾਡੇ ਜਵਾਨਾਂ ਨੂੰ ਮਾਰਨਗੇ, ਫਿਰ ਸਿੱਟੋ ਅਥਰੂ ਗਾਇਸ ਦੇ ਗੋਲੇ, ਫਿਰ SRL ਚਲਾਓ, ਫਿਰ 12 ਬੋਰ ਚਲਾਓ, ਫਿਰ ਚਾਹੇ ਪਲਾਸਟਿਕ ਦਾ ਰਾਊਂਡ ਚਲਾਓ, ਜੇ ਤੁਹਾਨੂੰ ਕੋਈ ਖਤਰਾ ਹੈ। ਜਦੋਂ ਇਹ ਆਰਾਮ ਨਾਲ ਬੈਠੇ ਨੇ ਇਹਨਾਂ ਨੂੰ ਤੰਗ ਨਾ ਕਰੋ, ਤੰਗ ਨਾ ਕਰੋ, ਇਹਨਾਂ ਦਾ ਜਦ ਸਬਰ ਮੁੱਕ ਜਾਂਦਾ ਫਿਰ ਇਹ ਛੱਡਦੇ ਨਹੀਂ ਹੁੰਦੇ। ਉਹ ਮਹਿਗਾਲਿਅਮ ਦੇ ਇੱਕ ਕੀ ਕਹਿੰਦੇ ਆ, ਗਵਰਨਰ ਨੇ ਵੀ ਦੱਸਿਆ ਸੀ, ਕਹਿੰਦਾ ਮੈਂ ਇੰਦਰਾ ਗਾਂਧੀ ਨੂੰ ਸਮਝਾਇਆ ਸੀ, ਇਹ ਪੰਜਾਬ ਕੀ ਕੌਮ ਹੈ ਨਾ ਜੋ ਇਸੇ ਪੰਗਾ ਮਤ ਲੀਓ, ਇਹ ਦਿਲ ਮੇ ਬਾਤ ਰੱਖਦੇ ਹੈ, ਚਾਹੇ 50 ਸਾਲ ਬਾਅਦ ਵੀ ਜਾਏ ਇਹ ਬਦਲਾ ਲੇਤੇ ਹੈ। ਊਧਮ ਸਿੰਘ 50 ਸਾਲ ਬਾਅਦ ਜਾ ਕੇ ਆ ਗਿਆ ਤਾ ਬਦਲਾ ਲੈਣੇ ਕੇ ਲੀਏ। ਜਿਹੜਾ ਪੰਜਾਬ ਹੈ, ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਹਦੀ ਕੀ ਸਥਿਤੀ ਹੈ, ਉਹਦਾ ਧਰਨੇ 'ਚ ਕੀ ਰੋਲ ਹੈ? ਉਹ ਬਾਈ ਪੰਜਾਬ ਦੀ ਹੁਣ ਕੀ ਤੈਨੂੰ ਮੈਂ ਗੱਲ ਕਰਾਂ, ਜੇ ਮੈਂ ਗੱਲ ਕਰਤੀ ਆਥਣ ਨੂੰ ਮੇਰੇ ਤੇ ਪਰਚਾ, ਆਥਣ ਨੂੰ ਮੇਰੇ ਤੇ ਪਰਚਾ ਹੋ ਜਾਣਾ, ਮੇਰੇ ਘਰੇ ਪੁਲਿਸ ਆ ਜਾਣੀ ਹੈ। ਬਾਈ ਦੀਪ ਸਿੱਧੂ ਕਹਿਣਾ ਹੁੰਦਾ ਸੀ ਪਹਿਲਾਂ ਤੋਂ ਹੀ ਵੀ ਇਹ ਤਾਂ ਸੈਂਟਰ ਨਾਲ ਘਿਓ ਖੁੱਚੜੀ ਆ, ਇਹ ਤਾਂ ਪੰਜਾਬ ਦੀ ਸਰਕਾਰ ਤਾਂ ਜੀ ਦੇਖੋ BJP ਦੀ B ਟੀਮ ਹੈ, ਜਿੱਥੇ ਪਤਾ ਦੰਗੇ ਹੋ ਜਾਣਗੇ ਸਿਆਣੇ ਲੋਕ ਨੇ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ EBM ਨਾਲ, ਜਿੱਥੇ ਪਤਾ ਅਨਪੜ੍ਹ ਲੋਕ ਨੇ, ਬਿਹਾਰ ਹੋਇਆ ਹੋਰ ਸਟੇਟਾਂ ਹੋਈਆਂ, ਉੱਥੇ ਕੀ ਕਹਿੰਦੇ ਆ BJP ਦੀ ਸਰਕਾਰ ਬਣ ਜਾਂਦੀ ਆ? ਮੈਨੂੰ ਇਹ ਤਾਂ ਦੱਸ ਦਿਉ, ਅੱਜ ਉਹ ਇਹ ਗੱਲ ਕਰੋ, ਕੋਰਟ ਦੂਨੇ ਕਿੱਡਾ ਬੜਾ ਇਕੱਠ ਹੋਇਆ ਭਾਨੇ ਸਿੱਧੂ ਦੇ ਹੱਕ 'ਚ, ਲੱਖਾ ਸਧਾਣਾ ਤਾਂ ਉਹਦਾ ਉਸਤਾਦ ਹੈ, ਉਹਨੇ ਉਹਨੂੰ ਕੰਮ ਸਿਖਾਇਆ ਇੱਦਾਂ ਵੀ ਰਾਜਨੀਤੀ ਦੇ ਤੌਰ 'ਤੇ ਇੱਦਾਂ ਲੋਕਾਂ ਦੀ ਮਦਦ ਕਰਨੀ, ਫਿਰ ਲੱਖਾ ਸਧਾਣਾ ਕਿਵੇਂ ਹਾਰ ਗਿਆ, ਬੜਾ ਬਾਦਲ ਕਿਵੇਂ ਹਾਰ ਗਿਆ, ਵੀ ਇਹ ਤਾਂ ਦੋਹੇ ਪਾਰਟੀ ਇੱਕੋ ਨੇ ਜੀ, ਘਿਓ ਖਿਚੜੀ ਕਹਿ ਰਿਹਾ ਹੁੰਦਾ ਜੀ ਦੀਪ ਸਿੱਧੂ, ਉਹ ਸਾਬਤ ਹੋ ਰਿਹਾ। ਨਹੀਂ ਤਾਂ ਸਾਡਾ CM ਮੂਰੇ ਬਾਰਡਰ 'ਤੇ ਆਪ ਪਾਉਂਦਾ, ਰੱਖ ਕੇ ਉਹਨਾਂ ਨੂੰ ਕਹਿ ਕੇ ਜਾਂਦਾ ਵੀ ਗੱਲ ਸੁਣ ਲਓ ਮੇਰੀ, ਜੇ ਮੈਂ ਆਪਦੀਆਂ ਫੋਰਸਾਂ ਨੂੰ ਅਤੇ ਕਿਸਾਨਾਂ ਨੂੰ ਕਹਿਤਾ ਤੁਹਾਨੂੰ ਔਖਾ ਹੋ ਜੂ, ਇੱਥੇ ਕੋਈ ਨਹੀਂ ਚਲਾਉਣੀ ਕੋਈ ਚੀਜ਼। ਹੁਣ ਤੱਕ 250 ਕਿਸਾਨ ਬਾਈ ਜੀ ਜ਼ਖਮੀ ਹੋ ਗਿਆ, 2 ਪਤਾ ਨਹੀਂ 3 ਦੀ ਮੌਤ ਵੀ ਹੋ ਗਈ, ਇੱਥੇ ਗੱਲਾਂ ਕਰਦੇ ਨੇ ਮੁੰਡੇ ਪ੍ਰੋਪਰ ਤੌਰ 'ਤੇ। ਚਲੋ ਮੈਨੂੰ ਨਹੀਂ ਪਤਾ, ਮੈਂ ਤਾਂ ਕਰਕੇ ਪ੍ਰੋਪਰ ਠੁਕਮਾ ਨਹੀਂ ਕਹਿ ਸਕਦਾ, ਠੁਕਮਾ ਤਾਂ ਮੈਂ ਇੱਕ ਕਿਸਾਨ ਦੀ ਉਹ ਕਹਿ ਸਕਦਾ, ਸੱਟਾਂ ਫੇਟਾਂ ਮੈਂ ਆਪ ਲੱਗੀਆਂ ਦੇਖੀਆਂ ਨੇ ਕਿਸਾਨਾਂ ਦੇ, ਢੂਹੀਆਂ ਐਂ ਸਾਰੀ ਢੂਹੀ ਤੇ ਛਰਲੀ ਛਰਲੇ ਗੱਡੇ ਪਏ ਤੇ ਬਾਈ ਜੀ। ਨੌਜਵਾਨਾਂ ਨੂੰ ਕੀ ਸੁਨੇਹਾ ਤੁਹਾਡਾ ਵੀ ਨੌਜਵਾਨ ਇੱਥੇ ਆਉਣ? ਬਾਈ ਜੀ ਨੌਜਵਾਨਾਂ ਨੂੰ ਇਹੀ ਸੁਨੇਹਾ ਵੀ ਆਪਾਂ ਹੁਣ ਤੱਕ ਵੀ ਕੀ ਕਹਿੰਦੇ ਆ, ਘਰ ਦੇ ਕਹਿੰਦੇ ਚੀਨੀ ਲਿਆ, ਚੀਨੀ ਲੈ ਕੇ ਆਉਣੀ ਆ, ਆਪਾਂ ਕਹਿੰਦੇ ਕੋਈ ਨਹੀਂ ਬੀਬੀ ਪਾਪਾ ਚੱਕ ਲਿਆਊ, ਕਣਕ ਲਿਆਉਣੀ ਆ ਪਾਪਾ ਚੱਕ ਲਿਆਊ, ਆਟਾ ਨਾ ਪਾਪਾ ਚੱਕ ਲਿਆ, ਹੁਣ ਪਾਪਾ ਕਦਕ ਤੱਕ ਕਰੀ ਜਾਊਗਾ, ਹੁਣ ਪਾਪਿਆਂ ਤੋਂ ਰਾਮ ਭਾਈ ਆਪ ਆ ਜਾਓ ਮੂਹਰੇ, ਜੇ ਪੰਜ ਐਤਵਾਰ ਤਾਂ ਕੋਈ ਨਹੀਂ ਸੱਟਾ ਨਿਕਲਦਾ, ਚੱਕ ਕੇ ਮਾਰੋ ਬਾਰਡਰ ਬੂਟਰ ਜਾ ਪਰੇ, ਆਪਣਾ ਦਿੱਲੀ ਪਹੁੰਚੀਏ ਟਾਈਮ ਨਾਲ, ਹੋਰ ਮੂਹਰੇ ਵੋਟਾਂ ਆਉਂਦੀਆਂ ਧੌਣ ਤੇ ਗੋਡਾ ਰੱਖ ਕੇ ਦਾਬ ਦਈਏ, ਆਪਦਾ ਕੰਮ ਕਰਾ ਕੇ ਟਾਈਮ ਨਾਲ ਮੁੜੀਏ, ਮੂਹਰੇ ਗਰਮੀ ਪੈਂਦੀ ਆ, ਠੰਡ ਇੱਥੇ ਗਰਮੀ 'ਚ ਮਰਾਂਗੇ ਫਿਰ। ਨੌਜਵਾਨਾਂ ਨੂੰ ਇਹ ਆ ਵੀ ਛੇਤੀ ਤੋਂ ਛੇਤੀ ਉਹਦੇ ਪਹੁੰਚੋ, ਇੱਥੇ ਨਾ ਗੱਲ ਜਦੋਂ ਆਪਣੀ ਅਣਖਾਂ ਦੀ ਆ ਜਾਂਦੀ ਹੈ, ਗੱਲ ਫਿਰ ਸਹੇ ਦੀ ਨਹੀਂ ਰਹਿੰਦੀ, ਫਿਰ ਪਹੇ ਦੀ ਰਹਿ ਜਾਂਦੀ ਹੈ, ਫਿਰ ਇੱਥੇ
ਆਪਸੀ ਰਝੇਵੇਂ, ਕੋਈ ਕਿਸੇ ਦਾ ਲੀਡਰ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ, ਉਹ ਸਭ ਕੁਝ ਛੱਡ ਦਿਓ, ਇੱਥੇ ਇਕੱਠੇ ਹੋ ਜਾਓ ਹੁਣ, ਛੱਡੋ ਲੀਡਰਾਂ ਨੂੰ। ਜੇ ਕੋਈ ਲੀਡਰ ਬਾਹਲਾ ਚਾਹਵਾਂਦਾ ਉਹਨੂੰ ਵੀ ਸਾਈਡ 'ਤੇ ਕਰ ਦਿਓ ਵੀ ਪਰ ਹੱਟ ਯਾਰ, ਤੂੰ ਤੇਰੀ ਸਾਨੂੰ ਕੀ ਲੋੜ ਆ, ਮਰਦਾ ਅਸੀਂ ਰਹੇ ਹਾਂ, ਲੰਗਰ ਅਸੀਂ ਲਾ ਰਹੇ ਹਾਂ, ਤੇਲ ਅਸੀਂ ਫੂਕ ਰਹੇ ਹਾਂ, ਕੱਪੜੇ ਅਸੀਂ ਪੜਾ ਰਹੇ ਹਾਂ, ਪ੍ਰਦੂਸ਼ਣ 'ਚ ਅਸੀਂ ਰਹਿ ਰਹੇ ਹਾਂ, ਫਿਰ ਲੀਡਰ ਕੀ ਕਰ ਰਹੇ ਨੇ? ਕੁਛ ਵੀ ਨਹੀਂ। ਜੇ ਆਪਾਂ ਮੈਦਾਨ 'ਚ ਤਾਕੜੇ ਹਾਂ ਤਾਂ ਆਪਾਂ ਨੂੰ ਕਹੂ, ਅਗਲਾ ਡਰਦਾ ਵੀ ਇਹ ਨਾਸਾਂ ਕੁੱਟਣਗੇ ਤਾਂ ਟੇਬਲ ਟੌਕ 'ਤੇ ਬਿਠਾਉਂਦਾ ਕੋਈ। ਜੇ ਤੁਸੀਂ ਮੈਦਾਨ 'ਚ ਤਾਕੜੇ ਨਹੀਂ ਨਾ, ਤੁਹਾਨੂੰ ਕੋਈ ਨਹੀਂ ਬਿਠਾਉਂਦਾ ਟੇਬਲ 'ਤੇ। ਅੱਜ 13 ਤਰੀਕ ਦਾ ਚੱਲਦਾ, 'ਚ ਤਰੀਕ ਦੇਖ ਲਓ ਕਿੰਨੀ ਹੋ ਗਈ। ਮੇਰੇ ਹਿਸਾਬ ਨਾਲ ਉਦਣ ਦੀ ਅਧਿਕਾਰੀਆਂ ਨਾਲ, ਪੰਜਾਬ ਦਿਆਂ ਨਾਲ ਜਾਂ ਸੈਂਟਰ ਦੇ ਅਧਿਕਾਰੀਆਂ ਨਾਲ ਗੱਲ ਬਸ਼ੱਕ ਹੋ ਗਈ ਹੋਵੇ ਇਹਨਾਂ ਦੀ, ਪਰ ਸੈਂਟਰ ਸਰਕਾਰ ਦਾ ਇੱਕ ਵੀ ਮੰਤਰੀ ਆ ਕੇ ਉਹਦੇ ਮੀਟਿੰਗ ਨਹੀਂ ਕਰਕੇ ਗਿਆ, ਇੱਕ ਵੀ ਨਹੀਂ ਆਇਆ। ਕਿਉਂ? ਤੁਸੀਂ ਮੈਦਾਨ 'ਚ ਤਕੜੇ ਨਹੀਂ। ਜੇ ਮੈਦਾਨ 'ਚ ਤਕੜੇ ਹੋਵੋਗੇ ਤਾਂ ਤੁਹਾਡੇ ਗੋਡਿਆਂ 'ਚ ਗਿਰੂਆ ਕੇ ਅਗਲਾ। ਖੱਟਰ ਸਰਕਾਰ ਨੇ ਇਹ ਵੀ ਕਿਹਾ ਕਿ ਤੁਸੀਂ ਪ੍ਰਦਰਸ਼ਨ ਕਰਨਾ ਰੇਲ ਗੱਡੀਆਂ ਰਾਹੀਂ ਚੱਲ ਜਾਓ, ਹੈ ਨਾ, ਤੁਸੀਂ ਦਿੱਲੀ ਜਾ ਕੇ ਮੈਡਮ ਬਹਿ ਜਾਓ ਸ਼ਾਂਤਪੁਰ ਨੂੰ, ਅਤੇ ਕਿਸਾਨ ਦੇ ਟਰੈਕਟਰ ਲੈ ਕੇ ਕਿਉਂ ਜਾ ਰਹੇ ਨੇ? ਯਾਰ ਰੇਲ ਗੱਡੀ 'ਚ ਅਸੀਂ ਕਿਉਂ ਚੜੀਏ? ਅਸੀਂ ਮਲੰਗ ਨੇ ਜਾ ਰਹੇ, ਇਹ ਜੱਟ ਜ਼ਿਮੀਂਦਾਰ ਲੋਕ ਨੇ, ਇਹਨਾਂ ਕੋਲ ਆਪਦੀਆਂ ਜ਼ਮੀਨਾਂ ਨੇ, ਕਾਰਾਂ ਨੇ, ਟਰੈਕਟਰ ਸਾਲੇ 15-15 ਲੱਗਦੇ ਏਸੀ ਟਰੈਕਟਰ ਨੇ, ਆਪਦੀ ਟਰਾਲੀ ਲੈ ਕੇ ਜਾਣਗੇ, ਉੱਥੇ ਸੌਣਾ ਨਹੀਂ ਅਸੀਂ, ਅਸੀਂ ਝੁੱਗੀ ਪਾ ਕੇ ਰਹਾਂਗੇ ਉੱਥੇ। ਅਸੀਂ ਟਰਾਲੀ 'ਚ ਕਮਰੇ VIP ਬਣਾਏ ਹੋਏ ਨੇ, ਏਸੀ ਸਾਡੇ ਲਾਏ ਹੋਏ ਨੇ। ਯਾਰ ਇਹ ਸਰਦਾਰਾਂ ਦਾ ਰਾਜ ਹੈ, ਇਹ ਬੰਗਾਲ ਥੋੜ੍ਹੀ ਹੈ, ਇਹ ਸਰਦਾਰਾਂ ਦਾ ਸੂਬਾ ਹੈ। ਇਹ ਨਹੀਂ ਟ੍ਰੇਨਾਂ 'ਚ ਜਾਂਦੇ ਸਿਖਰ ਤੇ ਭਈਏ ਖਾਹਾ ਪਾਨ ਸਿਖਰ ਥੁੱਕੀ ਜਾਂਦੇ ਨੇ, ਉਹਨਾਂ ਦੀਆਂ ਸੀਟਾਂ ਪਰ ਜਾਣਗੇ, ਜੰਗਲ ਪਾਣੀ ਜਾਣ ਨੂੰ ਰਾਹ ਨਹੀਂ ਉੱਥੇ ਕਿਤੇ, ਉਹ ਕਦ ਜਾਣਗੇ ਬਈ। ਉਹ ਤਾਂ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਟਰੈਕਟਰ ਇੱਕ ਤਰ੍ਹਾਂ ਦਾ ਸਾਨੂੰ ਟੈਂਕ ਜਾਪਦਾ। ਗਾਹਾਂ ਟਰੈਕਟਰ ਨਾ ਟੈਂਕ ਜਾਮਣ ਲੱਗ ਗਿਆ, ਤੁਹਾਡੇ ਕੋਲ ਨੇ ਬੁਲਟ ਪਰੂਫ ਟਰੈਕਟਰ, ਸਾਡੇ ਵਾਲੇ ਦਾ ਟਰੈਕਟਰ ਇਹੋ ਜਿਹੇ ਨੇ, ਜੇ 11 ਦੀ ਜਗ੍ਹਾ 13 ਹਲ ਪਾ ਲਈਏ ਤਾਂ ਟਰੈਕਟਰ ਮੂਹਰੇ ਦੇ ਖੜਾ ਹੋਣ ਲੱਗ ਜਾਂਦਾ। ਮੇਰੇ ਯਾਰ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ? ਤੇ ਹੁਣ ਆਪਣੇ ਇੱਥੇ ਧਰਨੇ ਦੀ ਸਥਿਤੀ ਅਸਲ ਵਿੱਚ ਹੈ ਕੀ ਹੈ? ਇਹ ਪਹਿਲਾਂ ਤਾਂ ਨਹੀਂ ਜੀ, ਦੇਖੋ ਮੋਰਚੇ ਦੀ ਸਥਿਤੀ ਸਹੀ ਬਣੀ ਸੀ, ਅੱਜ ਮੈਂ ਆਇਆ, ਅੱਜ ਦੇ ਹਿਸਾਬ ਨਾਲ ਹੁਣ ਇਕੱਠ ਹੋਣ ਲੱਗ ਗਿਆ, ਕਿਉਂਕਿ ਸੈਂਟਰ ਸਰਕਾਰ ਆਪਣੇ ਨਾਲ ਗੱਲ ਨਹੀਂ ਕਰ ਰਹੀ। ਲੋਕਾਂ ਨੂੰ ਸਮਝ ਆ ਗਈ ਵੀ ਲੀਡਰ ਦੇਈ ਜਾਂਦੇ ਨੇ ਸਾਨੂੰ ਮਿੱਠੀਆਂ ਗੋਲੀਆਂ, ਲੋਕ ਹੁਣ ਸਿੱਧੇ ਆਉਣ ਲੱਗ ਗਏ। ਹੁਣ ਕੱਲ੍ਹ ਦਾ ਤਾਮਾ ਜਾਮਾ ਵਿੱਚ ਰਹਿ ਗਿਆ ਸ਼ਨੀਵਾਰ ਦਾ, ਐਤਵਾਰ ਦਾ ਬਸ ਫਿਰ ਪਹਿਲਾਂ ਵੀ ਸਾਨੂੰ ਪਤਾ ਹੀ ਹੈ, ਉਹ ਕਹਿੰਦੇ ਨਹੀਂ ਹੁੰਦੇ ਵੀ ਕੀ ਕਹਿਣਾ, ਕਬੂਤਰ ਕਦੇ ਬਾਜ਼ ਨਹੀਂ ਬਣਦੇ, ਚੇਲੇ ਕਦੇ ਉਸਤਾਦ ਨਹੀਂ ਬਣਦੇ। ਇਹ ਤਾਂ ਜੱਟ ਦਿੱਲੀ ਜਾਣਗੇ ਭਾਈ, ਇਹਨਾਂ ਨੂੰ ਨਹੀਂ ਕੋਈ ਰੋਕ ਸਕਦਾ। ਇਹ ਤਾਂ ਨਾਲੇ ਊਂ ਵੀ ਭਾਜਪਾ ਹੋਈ, ਆਪ ਹੋਈ, ਇਹ ਤਾਂ 3 ਚ ਨਹੀਂ, 13 ਚ ਨਹੀਂ, ਸਵੇਰਾ ਚ ਨਹੀਂ, ਪਲੇਅਰਾਂ ਚ ਨਹੀਂ। ਮੇਰੇ ਯਾਰ ਉਹ ਨੇ ਜਿਹਨਾਂ ਦਾ ਵਿਆਹ ਨਹੀਂ ਹੋਇਆ ਵਾ, ਜਿਹਨਾਂ ਦੇ ਜਵਾਕ ਨਹੀਂ ਹੈਗੇ, ਇਹਨਾਂ ਨੂੰ ਕੀ ਪਤਾ ਵੀ ਪਰਿਵਾਰ ਕਿਵੇਂ ਚਲਾਉਣੇ ਨੇ। ਮੇਰੇ ਯਾਰ ਮਲੰਗਾ ਉਹ ਦੂਏ ਲੋਟ ਹੋ ਗਿਆ ਕੰਮ, ਚਾਹ ਵੇਚਦੇ ਪਏ ਤੇ ਟਿਕਟ ਨਿਕਲ ਗਈ। ਉੱਧਰ ਕੇਜਰੀਵਾਲ ਅੰਨੇ ਹਜ਼ਾਰਾ ਦਿਖਿਆ ਹੀ ਨਹੀਂ, ਜਿਹਦੀ ਜਿਹੜੀ ਪਾਰਟੀ ਚੋਂ ਨਿਕਲਿਆ ਦੀ ਅੰਨੇ ਹਜ਼ਾਰਾ ਦਿਖਿਆ ਹੀ ਨਹੀਂ ਕਰਦੇ। ਕਿਸਾਨ ਅਗਵਾਈ ਕਰ ਰਹੇ ਆ ਤੇ ਪਿਛਲੇ ਅੰਦੋਲਨ 'ਚ ਦੀਪ ਸਿੱਧੂ ਅਗਵਾਈ ਕਰ ਰਿਹਾ ਸੀ, ਉਹ ਚੀਜ਼ ਨੂੰ ਤੁਸੀਂ ਕਿਵੇਂ ਤੁਲਨਾ ਕਰਦੇ? ਭਾਈ ਜੀ, ਦੀਪ ਸਿੱਧੂ ਇੱਕ ਆਈਡਲ ਸੀਗਾ, ਦੀਪ ਸਿੱਧੂ ਨੂੰ ਦੇਖ ਕੇ ਲੋਕ ਚੱਲਦੇ ਸੀ। ਮੈਨੂੰ ਤਾਂ ਕੁਛ ਵੀ ਨੌਲੇਜ ਨਹੀਂ ਹੈ, ਮੈਂ ਵੀਰ ਨੂੰ ਦੇਖ ਕੇ ਸਿੱਖਿਆ ਮਾੜਾ ਜਿਹਾ ਬੋਲਣਾ। ਵੀਰ ਨੂੰ ਤਾਂ ਉਹ ਨੌਲੇਜ ਸੀ, ਵੀਰ ਕੋਲ ਉਹ ਐਜੂਕੇਸ਼ਨ ਸੀ, ਵੀਰ ਨੇ ਤਾਂ ਲਾ ਜਾ ਕੇ ਲੰਡਨ ਤੋਂ ਕਰੀ ਆ। ਯਾਰ ਕਿਹੜਾ ਕਰਦਾ ਲੰਡਨ ਤੋਂ ਲਾ, ਲੰਡਨ ਤੋਂ ਲਾ ਕਰੀ ਆ, ਅਸਲ ਗੋਰਿਆਂ ਦਾ ਦੇਸ਼ ਲੰਡਨ, ਉਹ ਆ ਇੰਗਲੈਂਡ, ਲੰਡਨ ਸ਼ਹਿਰ ਆ ਉਹਨਾਂ ਦਾ, ਉੱਥੋਂ ਉਹਨੇ ਲਾ ਕਰੀ ਆ। ਦੀਪ ਸਿੱਧੂ ਦੀ ਤਾਂ ਕੋਈ ਰੀਸ ਹੀ ਨਹੀਂ ਕਰ ਸਕਦਾ, ਉਹ ਤਾਂ ਇੱਕ ਦਾੜੀ ਕੱਟੇ ਤੇ ਕੇਸ ਕੱਟਿਆਂ ਦੇ ਵਿੱਚ ਦੂਸਰਾ ਪਿੰਡਰਾਲਾ ਸੀਗਾ, ਉਹਦੀ ਰੀਸ ਨਹੀਂ ਕੋਈ ਕਰ ਸਕਦਾ। ਤੇ ਖੱਟਰ ਦਾ ਬਿਆਨ ਆਇਆ ਵੀ ਜਿਹੜੀ ਪੰਜਾਬ ਸਰਕਾਰ ਹੈ ਕਿਤੇ ਨਾ ਕਿਤੇ ਮਤਲਬ ਕਿਸਾਨਾਂ ਨਾਲ ਰਲੀ ਹੋਈ ਹੈ। ਪੰਜਾਬ ਸਰਕਾਰ ਕਿਸਾਨਾਂ ਨਾਲ ਨਹੀਂ ਰਲੀ ਹੋਈ, ਪੰਜਾਬ ਸਰਕਾਰ ਤਾਂ ਸਾਡੇ ਨਾਲ ਖੜੀ ਹੋਈ ਆ। ਪੰਜਾਬ ਸਰਕਾਰ ਦੇ ਸੈਂਟਰ ਵਾਲੇ ਤਾਂ ਕਰ ਜਾਂਦੇ ਨੇ ਸਾਡੇ ਨਾਲ ਖਰਾਬੀ, ਪਰ ਹਲੇ ਤੱਕ ਭਗਵੰਤ ਮਾਨ ਸਹੀ ਚੱਲਦਾ, ਉਹਦੇ ਕਰਕੇ ਅਸੀਂ ਸਹੀ ਉਹ ਗੱਲ ਕਰਾਂਗੇ। ਭਗਵੰਤ ਮਾਨ ਨੇ ਨਹੀਂ ਕਿਤੇ ਨਾਕਾ ਦਵਾਇਆ, ਭਗਵੰਤ ਮਾਨ ਨੇ ਟਰਾਲੀਆਂ ਰੋਕੀਆਂ, ਭਗਵੰਤ ਮਾਨ ਨੇ ਨਹੀਂ ਕੁਛ ਕਿਹਾ, ਬਸ ਉਹਨਾਂ ਦੀ ਕਮੀ ਇਹ ਆ ਉਹ ਰਿਆ ਪਾਉਣ, ਦੇਖਣ ਵੀ ਮੇਰੇ ਬੰਦੇ ਸਹੀ ਬੈਠੇ ਨੇ। ਉਦੋਂ ਬਾਅਦ ਖੱਟਰ ਨੂੰ ਫੋਨ ਕਰਕੇ ਕਹਿਣ ਵੀ ਤੇਰਾ ਇੱਕ ਵੀ ਗੋਲਾ, ਇੱਕ ਵੀ ਸ਼ੈਲ, ਇੱਕ ਵੀ ਅਥਰੂ ਗੈਸ ਦਾ ਗੋਲਾ, ਕੋਈ ਗੋਲੀ ਆਉਣੀ ਨਹੀਂ ਚਾਹੀਦੀ, ਮੇਰੇ ਬੰਦੇ ਜ਼ਖਮੀ ਨਹੀਂ ਹੋਣੇ ਚਾਹੀਦੇ। ਪਰ ਡਰੋਨ ਤਾਂ ਇਸ ਗੱਲੋਂ ਘਾਟਾ, ਹੋਰ ਉਹਨਾਂ 'ਚ ਉਹਨਾਂ ਨੇ ਕੋਈ ਉਹ ਨਹੀਂ, ਉਹਨਾਂ ਨੇ ਕਿਤੇ ਰੋਕਿਆ ਨਹੀਂ, ਕਿਤੇ ਟੋਕਿਆ ਨਹੀਂ, ਪੂਰੀ ਮਦਦ ਕਰੀ ਆ ਉਹਨਾਂ ਨੇ, ਇਹ ਗੱਲ ਮੰਨਣ ਵਾਲੀ ਆ। ਇਮਾਨਦਾਰ ਆ ਭਗਵੰਤ ਮਾਨ,
ਕਿਹੜਾ ਮਰਜ਼ੀ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਪਰ ਭਗਵੰਤ ਮਾਨ ਇਮਾਨਦਾਰ ਹੈ। ਪੰਜਾਬ ਦੀ ਇਹੀ ਆ ਵੀ ਏਰੀਆ ਪੰਜਾਬ ਦਾ ਹੈ, ਜਿਹੜੇ ਗੋਲੇ ਨੇ ਉਹ ਹਰਿਆਣੇ ਵਾਲੇ ਸਾਡੇ ਵੱਲ ਡਰੋਨ ਰਾਹੀਂ ਸਿੱਟ ਰਹੇ ਨੇ। ਉਹ ਫਿਰ ਡਰੋਨ ਰਾਹੀਂ ਤਾਂ ਇੱਕ ਦਿਨ ਦੇਖਿਆ ਇਹਨਾਂ ਨੇ, ਦੂਏ ਦਿਨ 2 ਰੁਪਈਏ ਵਾਲੇ ਪਤੰਗ ਨਾਲ ਇਹਨਾਂ ਦਾ 2 ਲੱਖ ਵਾਲਾ ਡਰੋਨ ਮੁੱਦਾ ਕਰਕੇ ਮਾਰਿਆ ਮੁੰਡੇ ਨੇ। ਭਾਈ ਨੀ ਡਰੋਨ ਛੱਡੋ, ਇਹ ਗੱਲਾਂ ਦਾ ਕੀ ਫਾਇਦਾ? ਨੌਜਵਾਨੀ ਨੂੰ ਇਹ ਸੁਨੇਹਾ ਬਾਈ ਜੀ, ਹੁੰਮ ਹਮਾ ਕੇ ਆਓ, ਇੱਥੇ ਪਹੁੰਚੋ, ਬੱਚਿਆਂ ਦੇ ਪੇਪਰ ਚੱਲ ਰਹੇ ਨੇ ਘਰੇ, ਤੁਸੀਂ ਨਾਲੇ ਤਾਂ ਡਿਸਟਰਬ ਨਹੀਂ ਕਰੋਗੇ, ਉਹ ਪੜ੍ਹਾਈ ਵਧੀਆ ਕਰਨਗੇ, ਪੇਪਰ ਵਧੀਆ ਹੋਣਗੇ ਉਹਨਾਂ ਦੇ, ਹੁਣ ਪ੍ਰੀਖਿਆ ਆਉਣੀਆਂ 8ਵੀਂ 10ਵੀਂ 12ਵੀਂ ਦੀ, ਉਹ ਵਧੀਆ ਪੜ੍ਹਨਗੇ, ਤੁਸੀਂ ਉਰੇ ਆਓ ਉਰੇ ਰਹੋ। ਜਦੋਂ ਆਪਾਂ ਨੂੰ ਆਪਣੇ ਆਗੂ ਕਹਿੰਦੇ ਨੇ ਗਾਹਾਂ ਜਾਣ ਨੂੰ ਉਦੋਂ ਚੱਲੋ, ਪਰ ਮੇਰੀ ਇਹ ਸਲਾਹ, ਇਹ ਹੁਣ 5 ਦਿਨ ਹੋ ਗਿਆ ਆਪਾਂ ਨੂੰ ਉਰੇ ਬੈਠਿਆਂ ਨੂੰ, ਪਰ ਜੇ ਕੱਲ੍ਹ ਨੂੰ ਵੀ ਕੋਈ ਸਿੱਟਾ ਨਹੀਂ ਨਿਕਲਦਾ ਆਪਣੇ ਨਾਲ, ਸੈਂਟਰ ਸਰਕਾਰ ਕੱਲ੍ਹ ਨੂੰ ਵੀ ਕੋਈ ਗੱਲ ਨਹੀਂ ਕਰਦੀ, ਐਤਵਾਰ ਲਾਟ ਦੇਣਾ, ਤਾਂ ਸੋਮਵਾਰ ਨੂੰ ਇੱਥੋਂ ਚੱਲਣਾ ਚਾਹੀਦਾ। ਤੁਹਾਨੂੰ ਲੱਗਦਾ ਜਿਹੜੇ ਕੰਕਰੀਟ ਨਾਲ ਭਰੇ ਹੋਏ ਇਹਨਾਂ ਨੇ ਬੈਰੀਗੇਡ ਖੜੇ ਕਰੇ ਆ, ਕੀ ਕਿਸਾਨ ਪੱਟ ਦੇਣਗੇ? ਓਏ ਉਹ ਕੌਮ ਆ ਯਾਰ ਜਿਹੜੀ 1.25 ਲੱਖ ਨਾਲ ਇੱਕ ਲੜਦੇ ਨੇ, ਉਹ ਕੌਮ ਆ ਸਾਹਿਬਜ਼ਾਦੇ, ਇੱਕ 7 ਸਾਲ ਦਾ 9 ਸਾਲ ਦਾ ਨਹੀਂ ਚੁੱਕਿਆ, ਇਹ ਤਾਂ ਫਿਰ ਕਿੱਡੀ ਕੌਮ ਆ, ਕਿੰਨੀ ਦੁਨੀਆ, ਟਰੈਕਟਰ ਨੇ, ਟਰਾਲੀਆਂ ਨੇ, ਸਭ ਕੁਛ ਇਹਨਾਂ ਕੋਲ, ਇਹ ਤਾਂ ਤਖਤ ਤੋਂ ਤਾਜ ਪਲਟ ਦਿੰਦੇ ਨੇ। ਇਹ ਜਦੋਂ ਮਜ਼ਦੂਰਾਂ ਦੀਆਂ ਤੇਸੇ ਕਾਂਦੀਆਂ ਭਿਰਦੀਆਂ ਨੇ ਤਾਂ ਹੀ ਪਹਾੜ ਟੁੱਟਦੇ ਨੇ, ਤਾਂ ਹੀ ਪੁਲ ਬਣਦੇ ਨੇ, ਜੇ ਮਜ਼ਦੂਰਾਂ ਤੋਂ ਬਿਨਾਂ ਇਹ ਕੀ ਚੀਜ਼ ਨੇ ਬੜੇ ਲੋਕ? ਇਹ ਤਾਂ 2 ਕੋਪਰੇਟਿਵ ਘਰਾਣਿਆਂ ਦੇ ਮਗਰ ਲੱਗੀ ਫਿਰਦਾ। ਜੇ ਕੀ ਕਹਿੰਦੇ ਸਾਡੇ ਲੋਕ ਇਹ ਸਾਰਾ ਕੰਮ ਛੱਡ ਜਾਣ, ਕੋਪਰੇਟਿਵ ਕਮਰ ਘਰਾਣਿਆਂ ਵਾਲੇ ਆਪਣੇ ਡੰਪ, ਆਪਣੇ ਪੰਪ, ਆਪਣੀ ਪ੍ਰੋਪਰਟੀ, ਆਪਣੀਆਂ ਮਿੱਲਾਂ ਚਲਾ ਲੈਣਗੇ ਮਜ਼ਦੂਰਾਂ ਤੋਂ ਬਿਨਾਂ? ਮਜ਼ਦੂਰਾਂ ਬਿਨਾਂ ਕੁਛ ਨਹੀਂ ਚੱਲਦਾ, ਕਿਸਾਨ ਬਿਨਾਂ ਕੁਛ ਨਹੀਂ ਚੱਲਦਾ। ਪੇਪਰ ਤਿਆਰੀ ਕਰੋ ਆਪਣੇ, ਵਧੀਆ ਪੇਪਰ ਦਿਓ, ਜੇ ਤੁਸੀਂ ਪੜ੍ਹ ਲਿਖ ਗਏ ਤਾਂ ਤੁਸੀਂ ਅੱਗੇ ਤੁਹਾਨੂੰ ਸੰਘਰਸ਼ ਕਰਨ ਵੇਲੇ ਦਿੱਕਤ ਨਹੀਂ ਆਊਗੀ। ਤਾਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਪੜ੍ਹਾਈ ਲਿਖਾਈ ਤੁਹਾਡੀ 1 ਨੰਬਰ ਹੋਣੀ ਚਾਹੀਦੀ ਆ, ਦੂਜਾ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੈਦਾਨ ਚ ਆ ਕੇ ਡਟਣਾ ਚਾਹੀਦਾ, ਆਪਾਂ ਮੈਦਾਨ ਤਕੜਾ ਹੋਣਾ ਚਾਹੀਦਾ, ਬਜ਼ੁਰਗ ਸਾਡੇ ਸਾਨੂੰ ਪੈਸੇ ਦੇਣ ਵਾਸਤੇ ਔਰ ਸਹੀ ਰਾਹ ਤੇ ਚੜਾਉਣ ਵਾਸਤੇ ਸਾਡੇ ਨਾਲ ਹੋਣੇ ਚਾਹੀਦੇ ਨੇ, ਬਸ ਫਿਰ ਅਸੀਂ ਸਾਰਾ ਕੁਛ ਦੱਬ ਕੇ ਕਹਾਂ ਲੈ ਜਾਵਾਂਗੇ।